ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਲੱਗਿਆ ਜੂਸ ਦੀਆਂ ਰੇੜੀਆਂ ਤੇ ਅੰਮ੍ਰਿਤਸਰ ਦੇ ਫੂਡ ਇੰਸਪੈਕਟਰਾਂ ਦੀ ਰੇਡ ਨੇ ਸਾਰੀਆਂ ਰੇੜੀਆਂ ਦੀ ਸੈਂਪਲਿੰਗ ਲਈ ਜਿਸ ਦੇ ਚੱਲਦੇ ਇਹਨਾਂ ਸਾਰੀਆਂ ਰੇੜੀਆਂ ਵਾਲਿਆਂ ਕੋਲ ਕੋਈ ਲਾਇਸੈਂਸ ਨਹੀਂ ਹੈ। ਫਿਲਹਾਲ ਇਹਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਤੇ ਨਾਲ ਹੀ ਇਹਨਾਂ ਰੇੜੀਆਂ ਤੇ ਪਏ ਫਲਾਂ ਦੀ ਹਾਲਤ ਕੁਝ ਇਦਾਂ ਦੀ ਸੀ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਕਿਸ ਤਰ੍ਹਾਂ ਸਾਡੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਫੂਡ ਇੰਸਪੈਕਟਰ ਦਾ ਕਹਿਣਾ ਹੈ ਕਿ ਸਾਰੀਆਂ ਰੇੜੀਆਂ ਦੇ ਸੈਂਪਲ ਲੈ ਕੇ ਚੰਡੀਗੜ੍ਹ ਭੇਜ ਦਿੱਤੇ ਗਏ ਨੇ ਤੇ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਅੱਜ ਰੂਟੀਨ ਸੈਂਪਲਿੰਗ ਦੌਰਾਨ ਚਾਟੀਵਿੰਡ ਏਰੀਆ ਹੈਗਾ ਜੀ ਆਹ ਤਰਨ ਤਾਰਨ ਰੋਡ ਤੇ, ਇੱਥੇ ਰੂਟੀਨ ਸੈਂਪਲਿੰਗ 'ਚ ਇੱਥੇ ਆਹ ਰੇੜੀਆਂ ਜਿਹੜੀਆਂ ਜੂਸ ਦੀਆਂ ਲੱਗੀਆਂ ਹੋਈਆਂ ਤੁਸੀਂ ਆਹ ਪਿੱਛੇ ਵੇਖ ਸਕਦੇ ਜੇ, ਇਹਨਾਂ ਦੀ ਸੈਂਪਲਿੰਗ ਕੀਤੀ ਗਈ ਆ ਤੇ ਸਫਾਈ ਕੁਛ ਵਧੀਆ ਨਹੀਂ ਇੱਥੇ ਮਿਲੀ ਆਪਾਂ ਨੂੰ, ਗੰਦ ਜ਼ਿਆਦਾ ਪਿਆ ਹੋਇਆ, ਇਹਨਾਂ ਨੂੰ ਵਾਰਨਿੰਗ ਦੇ ਤੀ ਆ, ਪਲੱਸ ਇਹਨਾਂ ਦੀ ਸੈਂਪਲਿੰਗ ਕਰ ਲਈ ਆ ਹਰ ਇੱਕ ਜਿੰਨੇ ਵੀ ਪ੍ਰੋਡਕਟ ਜੂਸ ਆ, ਗਾਜਰ ਦਾ ਮੁਰੱਬਾ ਹੈ, ਜੋ ਇਹਨਾਂ ਕੋਲ ਜੋ ਇਨਗਰੀਡੀਅੰਟ ਜੋ ਪਾਉਂਦੇ ਹੋ ਸਾਰੇ ਸੈਂਪਲਿੰਗ ਕਰ ਲਈ ਤੇ ਚੰਡੀਗੜ੍ਹ ਤੋਂ ਭੇਜ ਕੇ ਉਹਨਾਂ ਦੀ ਰਿਪੋਰਟ ਦੇ ਉੱਤੇ ਇਹਨਾਂ 'ਤੇ ਬਣਦੀ ਕਾਰਵਾਈ ਕਰਾਂਗੇ। ਦੂਜੀ ਗੱਲ ਜੋ ਕਿ ਇੱਥੋਂ ਲੋਕ ਲੈਂਦੇ 10-10 ਰੁਪਏ ਦਾ ਗਲਾਸ ਦਿੰਦੇ ਆ, ਤੇ ਮੈਂ ਤਾਂ ਲੋਕਾਂ ਨੂੰ ਕਹਿੰਦਾ ਕਿ ਜੋ ਪੀਣਾ ਹੈ ਨਾ ਘੱਟ ਤੋਂ ਘੱਟ ਆਪ ਵੀ ਵੇਖ ਲਿਆ ਕਰਨ ਕੀ ਪੀਣ ਲੱਗੇ ਤੇ ਕਿੱਥੋਂ ਪੀਣ ਲੱਗੇ ਆ, ਇਹ ਆਪ ਪਬਲਿਕ ਦੀ ਵੀ ਇਹਨਾਂ ਦੀ ਹੋਣੀ ਚਾਹੀਦੀ, ਪਬਲਿਕ ਨੂੰ ਆਪ ਵੀ ਹੋਣਾ ਚਾਹੀਦਾ ਵੀ ਜੋ ਆਪਾਂ ਖਾਣ ਪੀਣ ਲੱਗੇ ਉਹਦੀ ਕਿੰਨੀ ਕੁ ਸਫਾਈ ਹੈ ਅਤੇ ਕਿਹੜੀ ਜਗ੍ਹਾ 'ਤੇ ਖੜਾ ਹੈ। ਅਤੇ ਬਾਕੀ ਇਹਨਾਂ ਨੂੰ ਜੋ ਹੈਗੇ ਅੱਗੇ ਤੋਂ ਡਾਇਰੈਕਸ਼ਨ ਦੇ ਦਿੱਤੀਆਂ, ਲਾਇਸੈਂਸ ਇਹਨਾਂ ਦੇ ਮੈਂਡੇਟਰੀ ਕਿਹਾ ਇਹਨਾਂ ਨੂੰ ਬਣਾ ਲੈਣਗੇ ਆ, ਅਤੇ ਬਾਕੀ ਜੋ ਵੀ ਹੋਏਗਾ ਹੈਲਥ ਡਿਪਾਰਟਮੈਂਟ ਦੀ ਪੂਰੀ ਨਿਗਰਾਨੀ ਇਹਨਾਂ 'ਤੇ, ਕੋਈ ਇਹਨਾਂ ਨੂੰ ਕਿਸੇ ਵੀ ਹਿਸਾਬ ਨਾਲ ਕੋਈ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ, ਜੋ ਹੋਏਗਾ ਕਾਰਵਾਈ ਪੂਰੀ ਕਰਾਂਗੇ।